ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਅਕਸਰ ਹੀ ਦੇਖਦੇ ਆਂ ਕਿ ਲੋਕ ਧਾਰਮਿਕ ਕਿਤਾਬਾਂ ਪੜ੍ਹਦੇ ਆ ਤੇ ਸਾਨੂੰ ਖੁਦ ਵੀ ਧਾਰਮਿਕ ਕਿਤਾਬਾਂ ਪੜ੍ਹਨਾ ਚੰਗਾ ਲੱਗਦਾ ਕਿਉਂਕਿ ਧਾਰਮਿਕ ਕਿਤਾਬਾਂ ਦੇ ਵਿੱਚ ਇੱਕ ਬਹੁਤ ਹੀ ਅਨਮੋਲ ਗਿਆਨ ਲੁਕਿਆ ਹੁੰਦਾ ਜਿਸ ਤੋਂ ਸਾਰੇ ਅਸੀਂ ਇਸ ਵੇਲੇ ਵਾਜਿਆ ਪ੍ਰਤਾਂਵਿਕ ਕਿਤਾਬਾਂ ਜੜੀਆਂ ਨੇ ਕੀ ਸੰਦੇਸ਼ ਆ ਦਿੰਦੀਆਂ ਨੇ ਕਿਉਂ ਇਨ੍ਹਾਂ ਕਿਤਾਬਾਂ ਨੂੰ ਪੜ੍ਹਨਾ ਜ਼ਰੂਰੀ ਹੈ ਪੂਰੀ ਗੱਲ ਤੁਹਾਨੂੰ ਦੱਸਾਂਗੇ ਤੇ ਅੱਜ ਇੱਕ ਅਜਿਹੇ ਸ਼ਖਸ ਬਾਰੇ ਵੀ ਤੁਹਾਨੂੰ ਦੱਸਾਂਗੇ ਜਿਸ ਨੇ ਪੂਰੇ 48 ਸਾਲ ਕਿਤਾਬਾਂ ਪੜ੍ਹੀਆਂ ਤੇ ਇਸ ਬੰਦੇ ਨੂੰ ਕਿਤਾਬਾਂ ਦੇ ਵਿੱਚੋਂ ਅਜਿਹਾ ਗਿਆਨ ਮਿਲਿਆ ਇਸ ਨੇ ਪੂਰੀਆਂ ਗੱਲਾਂ ਦਸੀਆਂ ਗੱਲਾਂ ਕੋੜੀਆਂ ਜ਼ਰੂਰ ਨੇ ਪਰ ਸ਼ਾਇਦ ਇਹ ਗੱਲਾਂ ਸੱਚੀਆਂ ਵੀ ਹੋ ਸਕਦੀਆਂ ਨੇ ਖੈਰ ਤੁਸੀਂ ਸਾਨੂੰ ਦੱਸਿਓ ਕਿ ਗੱਲਾਂ ਸੱਚੀਆਂ ਨੇ ਜਾਂ ਫਿਰ ਇਹ ਗੱਲਾਂ ਬੇਤੁਕੀਆਂ ਜਹੀਆਂ ਨੇ ਇਸ ਦਾ ਕੋਈ ਮਤਲਬ ਨਹੀਂ ਹੈ ਕਮੈਂਟਸ ਦੇ ਵਿੱਚ ਤੁਸੀਂ ਦੱਸਿਓ ਦਰਅਸਲ 48 ਸਾਲ ਦੇ ਇੱਕ ਸ਼ਖਸ ਦੇ ਵੱਲੋਂ ਕਿਤਾਬਾਂ ਜੜੀਆਂ ਨੇ ਪੜੀਆਂ ਗਈਆਂ ਉਹ ਬਚਪਨ ਤੋਂ ਹੀ ਕਿਤਾਬਾਂ ਪੜਨ ਲਈ ਲੱਗ ਜਾਂਦਾ ਹੈ ਉਸ ਵੱਲੋਂ ਸਾਰੇ ਹੀ ਧਰਮਾਂ ਦੀਆਂ ਕਿਤਾਬਾਂ ਪੜੀਆਂ ਜਾਂਦੀਆਂ ਜਿਸ ਵਿੱਚ Hindu, Sikh, Isai, Muslim, Buddhist, Jain ਸਾਰੇ ਹੀ ਧਰਮ ਸ਼ਾਮਲ ਹੁੰਦੇ ਐ ਇਹ ਸ਼ਖਸ ਕਿਤਾਬਾਂ ਨੂੰ ਬੜੇ ਹੀ ਸ਼ੌਂਕ ਦੇ ਨਾਲ ਪੜਦਾ ਤੇ ਜਿਸ ਕਮਰੇ ਦੇ ਵਿੱਚ ਇਹ ਸ਼ਖਸ ਰਹਿੰਦਾ ਉਹ ਪੂਰਾ ਕਮਰਾ ਜਿਹੜਾ ਕਿਤਾਬਾਂ ਦੇ ਨਾਲ ਹੀ ਭਰਿਆ ਹੋਇਆ ਹੈ ਇਸੇ ਸ਼ਖਸ ਦੇ ਕੋਲ ਇੱਕ ਵਾਰ ਇੱਕ ਪੱਤਰਕਾਰ ਪਹੁੰਚ ਜਾਂਦਾ ਤੇ ਇਹ ਸ਼ਖਸ ਦੇ ਨਾਲ ਜੁੜੀ ਐ ਗੱਲਬਾਤ ਕੀਤੀ ਜਾਂਦੀ ਹੈ ਤੇ ਇਹ ਸ਼ਖਸ ਜਿਹੜਾ ਆਪਣਾ 48 ਸਾਲ ਪੁਰਾਣਾ ਕਿਤਾਬਾਂ ਦਾ ਗਿਆਨ ਜਿਹੜਾ ਉਸ ਪੱਤਰਕਾਰ ਦੇ ਮੂਹਰੇ ਰੱਖ ਦਿੰਦਾ ਇਸ ਕਿਤਾਬਾਂ ਦੇ ਗਿਆਨ ਦੇ ਵਿੱਚ ਇਹ ਸ਼ਖਸ ਜਿਹੜਾ ਦੱਸਦਾ ਕਿ ਕਿਤਾਬਾਂ ਤੋਂ ਇਹ ਪਤਾ ਲੱਗਦਾ ਹੈ ਕਿ ਕੋਈ ਰੱਬ ਨਹੀਂ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਰੰਗ ਨਹੀਂ ਕੋਈ ਵਿਨਸਲੇ ਇਸ ਸ਼ਖਸ ਨੇ ਕਿਹਾ ਕਿ ਮੈਂ ਧਰਮ ਦੀ ਗੱਲ ਨਹੀਂ ਕਰਦਾ ਪਰ ਇਸ ਦੁਨੀਆ ਦੇ ਵਿੱਚ ਹਰ ਕੋਈ ਇਨਸਾਨ ਹੈ ਇੱਥੇ ਕੋਈ ਵੀ ਧਰਮ ਨਹੀਂ ਹੈ ਇਸ ਸ਼ਖਸ ਦਾ ਇਹ ਮੰਨਣਾ ਹੈ ਕਿ ਰੱਬ ਨਹੀਂ ਹੈ ਕਿਉਂਕਿ ਇਸ ਸ਼ਖਸ ਦੇ ਵੱਲੋਂ ਧਾਰਮਿਕ ਦੇ ਨਾਲ-ਨਾਲ ਵਿਗਿਆਨ ਦੀਆਂ ਸਾਇੰਸ ਦੀਆਂ ਕਿਤਾਬਾਂ ਵੀ ਜੁੜੀਆਂ ਨੇ ਪੜ੍ਹੀਆਂ ਗਈਆਂ ਇਸੇ ਸ਼ਖਸ ਦਾ ਕਹਿਣਾ ਹੈ ਕਿ ਇੱਕ ਵਾਰ ਮੈਨੂੰ ਹਾਰਟ ਅਟੈਕ ਆ ਗਿਆ ਜੇਕਰ ਮੈਂ ਰੱਬ ਦੇ ਆਸਰੇ ਰਹਿੰਦਾ ਤਾਂ ਸ਼ਾਇਦ ਹੁਣ ਤੱਕ ਇਸ ਸ਼ਖਸ ਦਾ ਕਹਿਣਾ ਹੈ ਕਿ ਮੇਰੀਆਂ ਕਿੰਨੀਆਂ ਕਿਬਰਸੀਆਂ ਬਣਾਈਆਂ ਜਾਣੀਆਂ ਸੀ ਇਸੇ ਸ਼ਖਸ ਨੇ ਦੱਸਿਆ ਕਿ ਮੈਂ ਰੱਬ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਰੱਬ ਖੈਕ ਹੀ ਨਹੀਂ ਮੈਨੂੰ ਸਾਇੰਸ ਨੇ ਬਚਾਇਆ ਮੈਨੂੰ ਡਾਕਟਰਾਂ ਨੇ ਬਚਾਇਆ ਤੇ ਜੇਕਰ ਡਾਕਟਰ ਨਾ ਹੁੰਦੇ ਮੇਰੇ ਘਰ ਦੇ ਪਰਮਾਤਮਾ ਤੋਂ ਆਸ ਲਗਾਉਂਦੇ ਤਾਂ ਸ਼ਾਇਦ ਮੈਂ ਅੱਜ ਜਿਉਂਦਾ ਕਿ ਨਾ ਹੁੰਦਾ ਇਹ ਸਾਰੀਆਂ ਹੀ ਗੱਲਾਂ ਇਸੇ ਸ਼ਖਸ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਸਾਂਝੀਆਂ ਕਰੀਆਂ ਗਈਆਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਚੜੀ ਹੈ ਪਾਈ ਗਈ ਹੈ ਸੋਚਿਆ ਕਿ ਤੁਹਾਡੇ ਨਾਲ ਵੀ ਇਹ ਗਿਆਨ ਦੀਆਂ ਗੱਲਾਂ ਜੜੀਆਂ ਜਰੂਰ ਸਾਂਝੀਆਂ ਕੀਤੀਆਂ ਜਾਣ ਇਸ ਸ਼ਖਸੀਆਂ ਗੱਲਾਂ ਬਹੁਤ ਹੀ ਅਜੀਬੋ-ਗਰੀਬ ਨੇ ਕਿਉਂਕਿ ਇਸ ਸ਼ਖਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਕੋਈ ਪਰਮਾਤਮਾ ਨਹੀਂ ਹੈ ਲੋਕ ਬਾਲ ਕਟਾ ਕੇ ਕਹਿੰਦੇ ਕਿ ਅਸੀਂ ਪੰਡਤਾਂ ਲੋਕ ਜੂੜਾ ਰੱਖ ਕੇ ਕਹਿੰਦੇ ਕਿ ਅਸੀਂ ਸੇਖਾਂ ਕਈ ਲੋਕ ਈਸਾਈ ਨੇ ਕਈ ਮੁਸਲਮਾਨ ਨੇ ਕਈ ਖਾਣ ਪੀਣ ਦੇ ਨਾਲ ਆਪਣਾ ਧਰਮ ਜਿਹੜਾ ਹੈ ਜੱਜ ਕਰ ਲੈਂਦੇ ਆ ਪਰ ਇੱਥੇ ਕੁਝ ਵੀ ਨਹੀਂ ਨਾ ਕੋਈ ਜਾਤ ਹੈ ਤੇ ਨਾ ਹੀ ਇਸ ਦੁਨੀਆ ਦੇ ਵਿੱਚ ਪਰਮਾਤਮਾ ਅਗੇza ਕਹਿਣਾ ਹੈ ਕਿ ਧਰਮਿਕ ਫੀਲਿੰਗ ਹੈ ਜੋ ਹਰ ਕਿਸੇ ਦੇ ਮਨ ਦੇ ਵਿੱਚ ਵਾਸੀ ਹੋਈ ਹੈ ਕੋਈ ਵੀ ਧਰਮ ਨਹੀਂ ਹੈ ਕੋਈ ਜਾਤ ਕੁਝ ਵੀ ਨਹੀਂ ਹੈ ਬਲਕਿ ਅਸੀਂ ਆਪੋ ਆਪਣੀਆਂ ਹੀ ਗੱਲਾਂ ਦੇ ਨਾਲ ਧਰਮ ਜੜੇ ਨੇ ਚੁਣ ਰੱਖੇ ਨੇ ਤੇ ਅਜਿਹਾ ਕੋਈ ਵੀ ਧਰਮ ਨਹੀਂ ਹੁੰਦਾ ਇਹ ਸਭ ਸਾਡੀਆਂ ਮਨ ਕੜੰਤ ਗੱਲਾਂ ਤੇ ਫੀਲਿੰਗਾਂ ਨੇ ਇਸੇ ਸ਼ਖਸ ਦਾ ਕਹਿਣਾ ਹੈ ਕਿ ਲੋਕ ਧਰਮ ਕਰਕੇ ਆਪਣੇ ਆਪ ਨੂੰ ਬਦਲਦੇ ਨੇ ਪਰ ਉਹ ਅਸਰ ਦੇ ਵਿੱਚ ਧਰਮ ਕਰਕੇ ਆਪਣੇ ਆਪ ਨੂੰ ਨਹੀਂ ਬਲਕਿ ਆਪਣੇ ਆਪ ਦੀ ਤਰ੍ਹਾਂ ਧਰਮ ਨੂੰ ਬਦਲ ਲੈਂਦੇ ਐ ਇਸੇ ਸ਼ਖਸੀਆਂ ਇਹ ਸਾਰੀਆਂ ਗੱਲਾਂ ਜੋ ਅਸੀਂ ਤੁਹਾਨੂੰ ਦੱਸੀਆਂ ਨੇ ਪਰ ਇਹ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ ਇਹਦਾ فاਸਲਾ ਤੁਸੀਂ ਕਰਨਾ ਕਿਉਂਕਿ ਸੰਗਤ ਤੇ ਲੋਕਾਂ ਤੋਂ ਬਿਨਾ ਕੋਈ ਵੀ ਸਹੀ ਫੈਸਲਾ ਜੜਾ ਨਹੀਂ ਕਰ ਸਕਦਾ ਬਾਕੀ ਤਾਂ ਸਿਰਫ ਗੱਲ ਆਈ ਹੁੰਦੀ ਹੈ ਤੁਸੀਂ ਦੱਸੋ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਇਸੇ ਸ਼ਖਸੀਆਂ ਸੁਣਾਈਆਂ ਨੇ ਇਹ ਗੱਲਾਂ ਸੱਚੀਆਂ ਨੇ ਕੀ ਸੱਚਮੁੱਚ ਹੀ ਰੱਬ ਨਹੀਂ ਹੁੰਦਾ ਕੀ ਸੱਚਮੁੱਚ ਕੋਈ ਤਰਮ ਨਹੀਂ ਹੁੰਦਾ ਕਿ ਸੱਚਮੁੱਚ ਇਹ ਸਭ ਕੁਝ ਇੱਕ ਪਖੰਡਵਾਦ ਹੈ ਕਮੈਂਟਸ ਦੇ ਵਿੱਚ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਤੇ ਜਿਹੀਆਂ ਹੋਰ ਵੀਡੀਓਜ਼ ਵੀ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ